ਮਾਛੀਵਾੜਾ ਸਾਹਿਬ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ 3 ਚੋਰੀ ਦੇ ਮੋਟਰਸਾਈਕਲਾਂ ਸਮੇਤ 2 ਆਰੋਪੀ ਕਾਬੂ ਕੀਤੇ ਗਏ ਤੇ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ ਮੁਖਬਰ ਦੀ ਇਤਲਾਹ ਉੱਤੇ ਇਹਨਾਂ ਨੂੰ ਕਾਬੂ ਕੀਤਾ ਗਿਆ ਹੈ ਤੇ ਇਹਨਾਂ ਦੇ ਸਾਥੀ ਆਕਾਸ਼ਦੀਪ ਦੇ ਕੋਲ ਵੀ ਇੱਕ ਮੋਟਰਸਾਈਕਲ ਮਿਲਿਆ ਹੈ ਤੇ ਉਹਨਾਂ ਦੱਸਿਆ ਹੈ ਕਿ ਪੁਲਿਸ ਨੇ ਘਰ ਦੇ ਵਿੱਚ ਛਾਪੇਮਾਰੀ ਕੀਤੀ ਤੇ ਉੱਥੇ ਕੁਛ ਨਹੀਂ ਮਿਲਿਆ। ਫਿਰ ਪੱਟੀਆਂ ਚੌਂਕ ਦੇ ਵਿੱਚ ਇਹਨਾਂ ਦੋਵਾਂ ਨੂੰ ਕਾਬੂ ਕੀਤਾ ਗਿਆ ਤੇ ਇਹਨੇ ਦੋਵਾਂ ਕੋਲੋਂ 3 ਚੋਰੀ ਦੇ ਮੋਟਰਸਾਈਕਲ ਬਰਾਮਦ ਹੋਏ ਨੇ, ਜਿਨ੍ਹਾਂ ਵਿੱਚੋਂ ਇੱਕ ਮਾਛੀਵਾੜਾ ਦੇ ਦਸ਼ਮੇਸ਼ ਨਗਰ ਵਿੱਚੋਂ ਤੇ ਇੱਕ ਮੋਟਰਸਾਈਕਲ ਸ੍ਰੀ ਅਨੰਦਪੁਰ ਸਾਹਿਬ ਦੇ ਬਾਹਰੋਂ ਤੇ ਇੱਕ ਨਵਾਂ ਸ਼ਹਿਰ ਤੋਂ ਚੋਰੀ ਕੀਤਾ ਗਿਆ ਸੀ। ਤੇ ਥਾਣਾ ਮੁਖੀ ਨੇ ਦੱਸਿਆ ਹੈ ਕਿ ਦੋਵੇਂ ਮੁਲਜ਼ਮ ਚੋਰੀ ਕੀਤੇ ਮੋਟਰਸਾਈਕਲਾਂ ਨੂੰ ਵੇਚਣ ਦੀ ਫਿਰਾਕ ਦੇ ਵਿੱਚ ਸੀ। ਇਹ ਸਾਨੂੰ ਜਾਣਕਾਰੀ ਮਿਲੀ ਸੀ ਇੱਕ ਖੁਫੀਆ ਤੌਰ ਤੇ ਗਗਨਦੀਪ ਸਿੰਘ ਇਲਿਸ ਵਿੱਕੀ, ਇਹ ਮਹਦੀਪੁਰ ਦਾ, ਇਹਦਾ ਬੈਡ ਕਰੈਕਟਰ ਹੈ, ਇਹਦੇ ਖਿਲਾਫ ਪਹਿਲਾਂ ਵੀ ਪਰਚੇ ਦਰਜ ਨੇ। ਤੇ ਇਹਦਾ ਸਾਥੀ ਆਕਾਸ਼ਦੀਪ, ਇਹ ਵੀ ਲੋਕਲ ਮਾਛੀਵਾੜਾ ਸਾਹਿਬ ਦਾ ਹੀ ਹੈ ਜੀ। ਇਹਨਾਂ ਨੇ ਚੋਰੀ ਦੇ ਮੋਟਰਸਾਈਕਲ ਕਰਕੇ ਅੱਗੇ ਵੇਚਦੇ ਨੇ। ਕਿੰਨੇ ਮੋਟਰਸਾਈਕਲ ਬਰਾਮਦ ਹੋਏ ਜਿਹੜਾ? ਇਹਨਾਂ ਤੋਂ ਸਰ ਅਸੀਂ 3 ਬਰਾਮਦ ਕਰੇ ਨੇ ਮੋਟਰਸਾਈਕਲ। ਕਿੱਥੋਂ ਕਿੱਥੋਂ ਚੋਰੀ ਹੋਈ ਸੀ ਜੀ? ਇੱਕ ਤਾਂ ਦਸਮੇਰ ਨਗਰ ਤੋਂ ਚੋਰੀ ਕੀਤਾ ਸੀ ਵਿੱਕੀ ਨੇ, ਨਾਲ ਰਲ ਕੇ ਆਕਾਸ਼ਦੀਪ ਨੇ ਇੱਕ ਕਰਿਆ ਸੀ ਆਪਣੇ ਸਿਵਲ ਹਸਪਤਾਲ ਤੇ ਆਪਣੇ ਨਵੇਂ ਸ਼ਹਿਰ ਤੋਂ ਜੀ। ਕਿੱਥੋਂ ਇਹਨਾਂ ਤੋਂ ਬਰਾਮਦ ਕੀਤੇ ਗਏ ਨੇ? ਬਰਾਮਦ ਕੇ ਸਰ ਇਹ ਸਾਡਾ ASI ਪਵਨ ਕੁਮਾਰ, ਪਵਨਜੀਤ, ਇਹਨਾਂ ਦੀ ਤਲਾਸ਼ ਵਿੱਚ ਸੀ, ਭੱਟੀਆਂ ਤੋਂ ਕਾਬੂ ਕਰੇ ਨੇ ਦੋ ਲੜਕੇ। ਇਹ ਵੇਚ ਰਹੇ ਸੀ ਮੋਟਰਸਾਈਕਲ ਕਿਸ ਨੂੰ? ਇਹ ਸਰ ਦਰਾਨੀ ਤੁਪੀ ਸਾਹੂਗਾ ਅੱਗੇ ਵੀ ਪਤਾ ਲੱਗਿਆ। ਫਿਰ ਪੁੱਛਗਿੱਛ ਦੌਰਾਨ ਹੋਰ ਵੀ ਖੁਲਾਸੇ ਹੋਏ ਸਰ? ਚੋਰੀ ਖੁਲਾਸੇ ਹੋ ਸਕਦੇ ਨੇ, ਇਹਦੀ ਪੁਲਿਸ ਰਿਮਾਂਡ ਤੇ ਨੇ ਜੀ, ਪੁੱਛਗਿੱਛ ਜਾਰੀ ਹੈ। ਫਿਲਹਾਲ ਪੁਲਿਸ ਵੱਲੋਂ ਦੋਵਾਂ ਮੁਲਜ਼ਮਾਂ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹਨਾਂ ਦੋਵਾਂ ਨੇ ਇਸ ਤੋਂ ਪਹਿਲਾਂ ਹੋਰ ਕਿਹੜੀਆਂ ਕਿਹੜੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਜਗਬਾਣੀ TV ਲਈ ਗੁਰਦੀਪ ਟੱਕਰ ਦੀ ਰਿਪੋਰਟ।